ਬਹੁਤ ਬਹੁਤ ਸਵਾਗਤ ਹੈ। ਅੱਜ ਦਾ ਮੁੱਦਾ, ਅੱਜ ਦੀ ਖਬਰ ਬਹੁਤ ਅਹਿਮ ਹੈ। ਜੀਓ ਕੰਪਨੀ ਨੇ ਪੂਰੇ ਪੰਜਾਬ ਦੇ ਵਿੱਚ ਕੀਤਾ ਵੱਡਾ ਘਪਲਾ, ਪਰ ਸ਼ੁਰੂ ਹੋਇਆ ਸੀ ਇਹ ਨਕੋਦਰ ਤੋਂ। ਜਦੋਂ ਨਕੋਦਰ ਦੇ ਵਿੱਚ ਇਸ ਦਾ ਵਿਰੋਧ ਕੀਤਾ ਗਿਆ ਸੀ ਤਾਂ ਗੌਰਵ ਜੈਨ ਸੀ, ਜੀਓ ਕੰਪਨੀ ਨੇ ਖੰਭੇ ਲਗਾਏ ਸੀ ਜੋ ਦੂਰੀ ਸੀ ਫੁੱਟ ਫੁੱਟ ਦੀ, ਪਰ ਉਹ ਦੂਰੀ ਹੁਣ ਕਿੰਨੀ ਕਿੰਨੀ ਹੈ ਉਸ ਬਾਰੇ ਅੱਜ ਗੱਲਬਾਤ ਕਰਾਂਗੇ। ਗੌਰਵ ਜੈਨ ਜੀ ਮੇਰੇ ਨਾਲ ਆ, ਕਿਉਂਕਿ ਸ਼ੁਰੂਆਤ ਇਹਨਾਂ ਨੇ ਕੀਤੀ ਸੀ, ਅੱਜ ਪੂਰੇ ਪੰਜਾਬ ਦਾ ਮੁੱਦਾ ਬਣ ਚੁੱਕਿਆ। ਹਾਂਜੀ ਸਰ, ਸ਼ੁਰੂਆਤ ਤੁਹਾਡੇ ਤੋਂ ਹੋਈ ਸੀ, ਪਰ ਅੱਜ ਜੀਓ ਦਾ ਜੋ ਹੈ ਮੁੱਦਾ ਪੂਰੇ ਪੰਜਾਬ ਦਾ ਬਣ ਚੁੱਕਿਆ। ਹਦੀਪ ਜੀ, ਪਹਿਲਾਂ ਤਾਂ ਤੁਹਾਡਾ ਮੈਂ ਨਕੋਦਰ ਨਿਊਜ਼ ਰਿਪੋਰਟਰ ਦਾ ਬਹੁਤ ਧੰਨਵਾਦ ਹਾਂ ਕਿ ਤੁਸੀਂ ਸਾਡੇ ਸ਼ਹਿਰ ਦੇ ਔਰ ਜਨਤਾ ਦੇ ਖੂਨ ਪਸੀਨਾ ਟੈਕਸਾਂ ਦੀ ਕਮਾਈ ਦਾ ਸੋਚਦੇ ਹੋ। ਇਹ ਜਿਹੜੀ ਗੱਲ ਤੁਸੀਂ ਅੱਜ ਉਜਾਗਰ ਕਰ ਰਹੇ ਹੋ, ਜਾਂ ਮੈਂ ਤੁਹਾਡੇ ਨਾਲ ਇਸ ਵੇਲੇ ਖੜ੍ਹਾ ਵਾਂ, ਇਹ ਅੱਜ ਤੋਂ ਲਗਭਗ ਸਵਾ ਸਾਲ ਪਹਿਲਾਂ ਇਹ ਮੈਂ ਗੱਲ ਉਜਾਗਰ ਕੀਤੀ ਸੀ ਵੀ ਨਕੋਦਰ ਦੇ ਵਿੱਚ ਬੜਾ ਵੱਡਾ ਘਪਲਾ ਹੋਇਆ ਔਰ ਹੋ ਰਿਹਾ ਵਾ। ਇਸ ਸੰਬੰਧੀ ਮੇਰੇ ਵੱਲੋਂ ਸਾਰੇ ਹੀ ਪ੍ਰਸ਼ਾਸਨ ਜ਼ਿਲ੍ਹਾ ਜਲੰਧਰ ਨੂੰ, ਖਾਸ ਕਰਕੇ ਨਗਰ ਕੌਂਸਲ ਨਕੋਦਰ ਨੂੰ, DC ਜਲੰਧਰ ਸਾਹਿਬ ਨੂੰ ਔਰ ਉੱਪਰ ਵੀ ਮੇਰੇ ਵੱਲੋਂ ਕੰਪਲੇਂਟਾਂ ਭੇਜੀਆਂ ਗਈਆਂ ਜੀ ਵੀ ਜੀਓ ਕੰਪਨੀ ਵੱਲੋਂ ਬਹੁਤ ਵੱਡਾ ਘਪਲਾ ਹੋਇਆ, ਅਤੇ ਮੈਨੂੰ ਇਹ ਜਵਾਬ ਮਿਲਦਾ ਸੀ ਨਹੀਂ ਜੀ ਸਾਡੇ ਕੋਲੋਂ ਇਹਦੇ 3,25,000 ਰੁਪਈਆ ਜਮ੍ਹਾਂ ਹੋ ਗਿਆ ਵਾ, ਜੀਓ ਕੰਪਨੀ ਖੰਭੇ ਲਾ ਸਕਦੀ ਆ। ਮੈਂ ਇਸ ਗੱਲ 'ਤੇ ਡਰਾਈ ਨਹੀਂ ਕਰਦਾ, ਜੇ ਮਨਜ਼ੂਰੀ ਲਈ ਹੈ ਕੋਈ ਚੱਕਰ ਨਹੀਂ, ਪਰ ਮਨਜ਼ੂਰੀ ਕਿਸ ਚੀਜ਼ ਦੀ ਲਈ ਆ ਔਰ ਕਿੱਦਾਂ ਲਈ ਆ, ਇਹ ਬੜਾ ਵੱਡਾ ਸਵਾਲ ਅੱਜ ਮੇਰੀ ਗੱਲ ਜਦੋਂ ਮੈਂ ਕਹੀ ਸੀ ਅੱਜ ਕੁਛ ਦਿਨ ਪਹਿਲਾਂ, ਲੋਕ ਆਵਾਜ਼ TV ਨੇ ਉਹਦੀ ਪੁਸ਼ਟੀ ਵੀ ਕੀਤੀ ਆ, ਪਰ ਮੈਂ ਹੈਰਾਨ ਇਸ ਗੱਲ 'ਤੇ ਹਾਂ ਵੀ ਸਾਡਾ ਸਾਰਾ ਪ੍ਰਸ਼ਾਸਨ ਕੁੰਭਕਰਨ ਦੀ ਸੁੱਤਾ ਪਿਆ, ਕੋਈ ਦੇਖਦਾ ਨਹੀਂ। ਘੱਟੋ ਘੱਟ ਜੇ ਨਗਰ ਕੌਂਸਲ ਨਕੋਦਰ ਜਾਗਦੀ ਉਸ ਵੇਲੇ, ਤਾਂ ਮੇਰੇ ਹਿਸਾਬ ਨਾਲ 6 ਤੋਂ 7 ਲੱਖ ਰੁਪਈਆ ਨਗਰ ਕੌਂਸਲ ਨਕੋਦਰ ਦੇ ਖਜ਼ਾਨੇ 'ਚ ਹੋਰ ਆ ਸਕਦਾ ਸੀ। ਇਹ ਬਹੁਤ ਹੀ ਵੱਡਾ ਘਪਲਾ ਮੈਂ ਕਹੂੰਗਾ ਖੋਇਆ ਵਾ, ਔਰ ਇਹਦੀ ਜਿਹੜੀ ਜਾਂਚ ਆ ਉੱਚ ਪੱਧਰੀ ਕੀਤੀ ਜਾਵੇ ਔਰ ਦੋਸ਼ੀ ਆ ਜਿਹੜੇ ਇਸ ਕੰਮ ਦੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਜਦੋਂ ਇਹ ਗੱਲ ਮੈਂ ਉਜਾਗਰ ਕਰਦਾ ਸੀ ਤਾਂ ਕਈ ਸਾਡੇ ਸਾਥੀ ਜਿਹੜੇ ਕੁਛ ਕਰ ਨਹੀਂ ਸਕਦੇ ਉਹ ਕਹਿੰਦੇ ਸੀ ਲੈ ਯਾਰ ਜੈਨ ਤਾਂ ਐਵੇਂ ਬੋਲੀ ਜਾਂਦਾ। ਅੱਜ ਸੱਚਾਈ ਤੁਹਾਡੇ ਸਾਰੇ ਮੈਂ ਸਾਹਮਣੇ ਲੈ ਕੇ ਆ ਰਿਹਾ, ਤੁਸੀਂ ਇਹ ਜੀਓ ਕੰਪਨੀ ਦੇ ਖੰਭੇ ਲੱਗੇ ਆ। ਕਹਿੰਦਾ ਕਿ ਪੈਸਿਆਂ ਦੀ ਤੁਸੀਂ ਗੱਲ ਕੀਤੀ ਕਿ ਡਬਲ ਪੈਸਿਆਂ ਦਾ ਨੁਕਸਾਨ ਹੋ ਗਿਆ, ਜਿੱਥੇ ਕਿ ਥੋੜੇ ਪੈਸੇ ਮਿਲਿਆ, ਤੇ ਫੀਤਾ ਮੈਂ ਲੈ ਕੇ ਮਿਣਦੀ ਤੁਸੀਂ ਕਰ ਦੋ ਜੀ, ਸ਼ੁਰੂਆਤ ਇਹ ਤੋਂ ਆਪਾਂ ਕਰ ਦਿੰਦੇ ਹਾਂ। ਇਹ ਜਿਹੜਾ ਖੰਭਾ ਲੱਗਣਾ ਸੀ 1 ਫੁੱਟ ਬਾਏ 1 ਫੁੱਟ ਦੇ ਡਿਸਟੈਂਸ ਦੇ ਉੱਤੇ, 1 ਫੁੱਟ ਟੋਟਲ, ਇਹ ਖੰਭਾ ਮਿਨੀਮਮ 2 ਫੁੱਟ ਤੋਂ ਵੀ ਉੱਪਰ ਆ ਜੀ, 2 ਫੁੱਟ ਤੋਂ ਵੀ ਉੱਪਰ ਇਹ ਖੰਭਾ ਵਾ ਜਿਹੜਾ ਲੱਗਾ ਹੋਇਆ। ਇੱਧਰ ਵੀ ਮੈਂ ਲੈਂਦੇ ਦੋਨੇ ਸਾਈਡ ਤੇ ਜੀ, ਇੱਧਰ ਤੁਸੀਂ ਆ ਜਾਓ। ਹਾਂਜੀ, ਲਓ ਇਹ ਜਿਹੜਾ ਖੰਭਾ ਲਗਭਗ 2 ਫੁੱਟ ਦਾ ਕਰੀਬ ਆ, ਨਹੀਂ ਕੋਈ ਗੱਲ ਜੀ ਹੋ ਗਈ, 2 ਫੁੱਟ ਦੇ ਕਰੀਬ ਇਹ ਖੰਭਾ ਜੀ ਜਿਹੜਾ ਇਹਦਾ ਬੇਸ ਆ, ਜਦਕਿ ਇਹਦੀ ਮਨਜ਼ੂਰੀ 1 ਫੁੱਟ 1 ਇੰਚ ਦੀ ਆ। ਔਰ ਇੱਕ ਹੋਰ ਵੱਡਾ ਚੰਬੇ ਤੁਹਾਨੂੰ ਗੱਲ ਦੱਸਾਂ, ਇਹ ਜਿਹੜਾ ਖੰਭੇ ਆ ਨਕੋਦਰ ਸ਼ਹਿਰ 'ਚ 160 ਖੰਭਿਆਂ ਦੀ ਮਨਜ਼ੂਰੀ ਇਹਨਾਂ ਲਈ ਆ। ਮੈਨੂੰ ਇਹਦੇ ਵਿੱਚ ਵੀ ਬੜਾ ਘਪਲਾ ਲੱਗਦਾ, ਮੈਂ ਉਦੋਂ ਵੀ ਕਹਿੰਦਾ ਹੁੰਦਾ ਸੀ ਵੀ ਖੰਭੇ ਜ਼ਿਆਦਾ ਲੱਗੇ ਆ, ਸਾਡੇ ਸ਼ਹਿਰ ਦੇ ਵਿੱਚ ਇੰਨਾ ਜੰਜਾਲ ਖੰਭਿਆਂ ਦਾ ਪਹਿਲਾਂ ਹੀ ਸੀਗਾ, ਪਰ ਇਹ ਖੰਭੇ ਲੱਗ ਕੇ ਸਾਡਾ ਜੰਜਾਲ ਹੋਰ ਵੱਧ ਚੁੱਕਾ। ਔਰ ਇਹ 'ਚ ਇੱਕ ਹੋਰ ਵੀ ਵੱਡਾ ਘਪਲਾ ਜਿਹੜਾ ਇਹਦਾ ਡਿਸਟੈਂਸ ਹੈ ਖੰਭੇ ਦਾ, ਇੱਕ ਖੰਭੇ ਦਾ ਦੂਜੇ ਖੰਭੇ ਦਾ ਮਿਨੀਮਮ 152 ਫੁੱਟ ਦਾ ਬਣਦਾ, ਯਾਨੀ ਕਿ ਲਗਭਗ ਮੰਨ ਲਈਏ ਆਪਾਂ 17 ਗਜ਼ ਦਾ ਜਿਹੜਾ ਮਨਜ਼ੂਰੀ ਮਿਲੀ ਆ। ਤੁਸੀਂ ਦੇਖ ਸਕਦੇ ਜਿੱਥੇ ਆਪਾਂ ਖੜ੍ਹੇ ਹਾਂ, ਇੱਥੋਂ ਲੈ ਕੇ ਲਗਭਗ 60 ਮੀਟਰ ਦੇ ਦਾਇਰੇ 60 ਫੁੱਟ ਦੇ ਦਾਇਰੇ 3 ਖੰਭੇ ਲੱਗ ਚੁੱਕੇ ਆ। ਯਾਨੀ ਨਗਰ ਕੌਂਸਲ ਨਕੋਦਰ ਕੀ ਸਾਰਾ ਪ੍ਰਸ਼ਾਸਨ ਹੀ ਮੈਂ ਕਟਾਰੇ ਖੇੜੇ ਕਰਦਾ ਵਾਂ ਵੀ ਕਿਸੇ ਨੇ ਵੀ ਸਾਡੀ ਸ਼ਿਕਾਇਤ ਇਤਲਾ ਗੌਰ ਨਹੀਂ ਕੀਤਾ, ਜਿਹਦੇ ਨਾਲ ਇਹ ਸਾਡਾ ਵੱਡਾ ਘਪਲਾ ਨਕੋਦਰ ਨਗਰ ਕੌਂਸਲ ਨੂੰ ਨੁਕਸਾਨ ਤਾਂ ਹੋਇਆ ਹੋਇਆ, ਪਰ ਸਾਡੇ ਲੋਕ ਦੇ ਸ਼ਹਿਰ ਦੇ ਵਿਕਾਸ ਨੂੰ ਬਹੁਤ ਨੁਕਸਾਨ ਹੋਇਆ। ਇਹ ਜਿਹੜਾ ਜਾਲ ਵਿੱਚੋਂ ਖੰਭਿਆਂ ਨਕੋਦਰ ਸੀ ਤੇ ਖੰਭੇ ਘਟਾ ਰਹੇ ਹਾਂ, ਕੋਈ ਡਿਜੀਟਲ ਇੰਡੀਆ ਬਣ ਰਿਹਾ, ਆਪਾਂ ਕਹਿੰਦੇ ਸਾਰਾ ਕੁਝ ਸਾਡਾ ਸ਼ਹਿਰ ਸੁੰਦਰ ਹੋਵੇ, ਤੁਸੀਂ ਹਿਸਾਬ ਲਾਓ ਰੋਡ ਤੋਂ ਆਹ ਰੋਡ ਆਪਣੀ ਰੋਡ ਤੋਂ 12-13 ਫੁੱਟ ਦੂਰ ਖੰਭਾ ਲੱਗਾ ਇਹ। ਜਦੋਂ ਮੈਂ ਗੱਲ ਚੁੱਕੀ ਸੀਗੀ ਤੇ ਕੁਛ ਲੋਕ ਜਿਹੜੇ ਨਾ ਕੰਮ ਕਰਦੇ ਸ਼ਹਿਰ, ਜਿਹੜੇ ਸਿਰਫ ਲੋਕਾਂ ਦੀਆਂ ਗੱਲਾਂ ਕਰਦੇ ਆ, ਉਹ ਕਹਿੰਦੇ ਯਾਰ ਜੈਨ ਤੇ ਹੇਮੰਤ ਸ਼ਰਮਾ ਸ਼ਹਿਰ ਦੇ ਵਿਕਾਸ ਰੋੜਾ ਅਟਕਾ ਰਿਹਾ, ਪਰ ਜਿਹੜਾ ਰੋੜਾ ਤੁਸੀਂ ਦੇਖ ਸਕਦੇ ਹੋ ਅਸੀਂ ਅਟਕਾਇਆ ਕਿ ਜਿਹੜੇ ਲੋਕ ਗੱਲਾਂ ਕਰਦੇ ਉਹਨਾਂ ਨੇ ਅਟਕਾਇਆ। ਕਹਿਣ ਨੂੰ ਮੈਂ ਬਹੁਤ ਕੁਛ ਕਹਿ ਸਕਦਾ, ਨਾਂ ਲੈ ਕੇ ਵੀ ਕਹਿ ਸਕਦਾ,
ਪਰ ਇਹ ਗੱਲ ਮੇਰੀ ਮੈਨੂੰ ਸ਼ੋਭਾ ਨਹੀਂ ਦਿੰਦੀ, ਮੈਂ ਕਿਸੇ ਵਾਸਤੇ ਕੋਈ ਭੱਦੀ ਸ਼ਬਦਾਂ ਦਾ ਪ੍ਰਯੋਗ ਕਰਾਂ, ਪਰ ਮੇਰਾ ਦਿਲ ਕਰਦਾ ਸਾਡੇ ਸ਼ਹਿਰ ਨਿਵਾਸੀਆਂ ਦੀ ਲੱਖਾਂ ਕਰੋੜਾਂ ਦੀ ਜਿਹੜੀ ਕਮਾਈ ਆ ਉਹਦਾ ਇਹ ਨੁਕਸਾਨ ਇੱਦਾਂ ਦੇ ਕਰਪਟ ਅਫਸਰ ਕਰ ਰਹੇ ਜਿਹੜੇ ਇਸ ਟਾਈਮ ਸੀਟ 'ਤੇ ਬੈਠੇ ਆ। ਇਹਦੀ ਇਨਕੁਆਇਰੀ ਵਿਜੀਲੈਂਸ ਤੋਂ ਕਰਾਉਣ ਦੀ ਬਜਾਏ CBI ਤੋਂ ਕਰਾਈ ਜਾਣੀ ਚਾਹੀਦੀ ਹੈ, ਜੋ ਹਾਲਾਤ ਸਾਡੇ ਸ਼ਹਿਰ ਦੇ ਬਣਾ ਤੇ ਇਹ ਪੂਰੇ ਪੰਜਾਬ ਦੇ ਵਿੱਚ ਇੱਦਾਂ ਦੇ ਖੰਭੇ ਲੱਗੇ। ਜਦੋਂ ਇਹ ਖੰਭੇ ਲੱਗ ਰਹੇ ਸੀਗੇ ਮੈਂ ਉਦੋਂ ਵੀ ਰੋਕ ਰਿਹਾ ਸੀਗਾ ਵੀ ਇਹਦੀ ਜਾਂਚ ਕੀਤੀ ਜਾਵੇ, ਗਲਤ ਆ, ਪਰ ਕਿਸੇ ਨੇ ਵੀ ਸਾਡੀ ਕਹੀ ਗੱਲ 'ਤੇ ਕੋਈ ਵੀ ਗੌਰ ਨਹੀਂ ਕੀਤਾ। 1.25 ਸਾਲ ਹੋ ਗਿਆ, ਸਾਡੀ ਜਿਹੜੀ ਦਰਖਾਸਤਾਂ ਉਹ ਰੱਦੀ ਦੀ ਟੋਕਰੀ ਛੱਡ ਦਿੱਤੀਆਂ ਗਈਆਂ। ਮੈਨੂੰ ਬਹੁਤ ਹੀ ਨਮੋਸ਼ੀ ਹੋ ਰਹੀ ਹੈ, ਮੈਂ ਕਹਿੰਦਾ ਇੱਕ ਚਲੋ ਹੁਣ ਤਾਂ ਇਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਕਹਿੰਦਾ ਸੈਂਟਰ ਇੱਥੇ ਪੰਜਾਬ 'ਚ ਹੈਗੀ ਆ, ਆਪਣੇ ਆਪ ਨੂੰ ਬੜੀ ਇਮਾਨਦਾਰ ਸਰਕਾਰ ਕਹਿੰਦੀ ਆ, ਉਹਨਾਂ ਨੇ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ, ਜਦਕਿ ਉਹਨਾਂ ਦਾ ਮੁੱਖ ਮੰਤਰੀ ਸੀ, ਉਹਨਾਂ ਦਾ MLA ਸੀ, ਉਹਨਾਂ ਦੀ ਸਰਕਾਰ ਸੀ। ਮੈਂ ਅੱਜ ਵੀ ਕਹਿੰਦਾ ਵਾਂ ਜੇ ਜਿਸ ਪੱਧਰ 'ਤੇ ਇਹਨਾਂ ਨੂੰ ਮਨਜ਼ੂਰੀ ਮਿਲੀ ਆ, ਮੇਰੇ ਕੋਲ ਲੈਟਰ ਆ, ਜਿਸ ਪੱਧਰ 'ਤੇ ਇਹਨਾਂ ਮਨਜ਼ੂਰੀ ਮਿਲੀ ਆ, ਜੇ ਉਹ ਪੱਧਰ 'ਤੇ ਖਰੇ ਨਹੀਂ ਉਤਰੇ ਤਾਂ ਫੌਰੀ ਤੌਰ 'ਤੇ ਖੰਭੇ ਇੱਥੋਂ ਚੱਕੇ ਜਾਣੇ ਚਾਹੀਦੇ ਆ, ਜਾਂ ਉਸੇ ਹਿਸਾਬ ਨਾਲ ਇਹਨਾਂ ਕੋਲ ਵੱਧ ਤੋਂ ਵੱਧ ਜੁਰਮਾਨਾ ਲਿਤਾ ਜਾਣਾ ਚਾਹੀਦਾ ਕੰਪਨੀ ਤੋਂ, ਔਰ ਜਿਹੜੇ ਦੋਸ਼ੀ ਅਫਸਰ ਆ ਜਿਹਨਾਂ ਨੇ ਇਹਦੀ ਜਾਂਚ ਨਹੀਂ ਕੀਤੀ ਉਹਨਾਂ ਖਿਲਾਫ਼ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਔਰ FIR ਹੋਣੀ ਚਾਹੀਦੀ ਆ, ਮੈਂ ਇਹ ਮੰਗ ਕਰਦਾ। ਸਰ ਧੰਨਵਾਦ ਤੁਹਾਡਾ ਨਾਲ ਜੁੜਨ ਦੇ ਲਈ, ਬਹੁਤ ਬਹੁਤ ਤੁਹਾਡੇ ਸ਼ੁਕਰ। ਥੈਂਕ ਯੂ। ਗੌਰਵ ਜੈਨ ਸੀ, ਪਰ ਅਸੀਂ ਅੱਗੇ ਤੱਕ ਖੰਭੇ ਤੱਕ ਸਰ ਅਸੀਂ ਅੱਗੇ ਤੱਕ ਲੈ ਜਾਂਦੇ ਹਾਂ, ਤਾਂ ਇਹ ਤੁਸੀਂ ਦੇਖ ਸਕਦੇ ਪਹਿਲਾ ਖੰਭਾ। ਜੇਕਰ ਅੱਗੇ ਦੂਰੀ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਦੂਰੀ ਕਿੱਦਾਂ ਕਿ ਮੈਂ ਤੁਰਿਆ ਜਾਂਦਾ, ਤਾਂ ਦੂਰੀ ਕਾਫੀ ਜ਼ਿਆਦਾ ਹੋਣੀ ਚਾਹੀਦੀ ਸੀ 151 ਫੁੱਟ, ਪਰ ਇਹ ਤੁਸੀਂ ਦੇਖ ਸਕਦੇ ਕਿ ਉਹ ਸਾਹਮਣੇ ਇੱਕ ਖੰਭਾ ਲੱਗਿਆ ਹੋਇਆ, ਇਹਦੀ ਵੀ ਬੇਨਤੀ ਆਪਾਂ ਕਰ ਲੈਂਦੇ ਹਾਂ ਕਿੰਨੀ ਹੈ। ਤਾਂ ਦੂਜਾ ਖੰਭਾ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਸਰਕਾਰ ਕਹਿਣ ਵਾਲੀ, ਇੱਧਰ ਕੈਮਰਾਮੈਨ ਨੂੰ ਨੇੜੇ ਲਿਆ, ਆਹ ਤੁਸੀਂ ਦੇਖ ਲਓ ਸਕਦੇ ਹੋ ਕਿ ਇਸ ਦੀ ਵੀ ਦੂਰੀ, ਮਨਜ਼ੂਰੀ ਹੈ, ਪਰ 2 ਫੁੱਟ ਇੱਧਰੋਂ ਆਪਾਂ ਗੱਲ ਕਰੀਏ ਤਾਂ ਇੱਧਰ ਵੀ ਤਕਰੀਬਨ ਚੰਗੀ ਤਰ੍ਹਾਂ ਤੁਸੀਂ ਦੇਖ ਲਓ ਤਾਂ ਇੱਧਰ ਵੀ ਤਕਰੀਬਨ 2 ਫੁੱਟ ਬਣ ਜਾਂਦਾ। ਜੇਕਰ ਆਪਸੀ ਦੂਰੀ ਦੀ ਗੱਲ ਕਰੀਏ ਤਾਂ ਕਿੱਦਾਂ ਕਿ 152 ਫੁੱਟ, ਪਰ ਇੱਥੇ ਤਾਂ ਖੰਭੇ 'ਤੇ ਖੰਭਾ ਜਿਹੜਾ ਆਇਆ ਹੋਇਆ ਬਹੁਤ ਜ਼ਿਆਦਾ ਖੰਭੇ ਲੱਗੇ ਹੋਏ ਆ। ਆਪਣੇ ਆਪ ਨੂੰ ਇੱਕ ਕੱਟੜ ਇਮਾਨਦਾਰ ਸਰਕਾਰ ਕਹਿਣ ਵਾਲੀ ਸੀ ਭਗਵੰਤ ਮਾਨ ਦੇ ਕੀ ਇਹ ਨੋਟਿਸ ਦੇ ਵਿੱਚ ਗੱਲ ਨਹੀਂ ਆਈ, ਤਾਂ ਜੀਓ ਖੰਭਿਆਂ ਦੇ ਹਾਲਾਤ ਸਿਆ ਲਓ, ਅਜੇ ਤਾਂ ਮੈਂ ਕੋਲ ਲੰਘ ਚੱਲਿਆ ਸੀ ਤਾਂ ਇੱਧਰ ਵੀ ਦੇਖ ਲਓ ਹਾਲੇ ਕਿ ਦੂਰੀ ਕਿੰਨੀ ਹੈ। ਲਓ ਜੀ ਇੱਧਰ ਵੀ ਤਕਰੀਬਨ ਕਿ ਪੂਰਾ 2 ਫੁੱਟ ਹੀ ਆ ਬਣਦਾ, ਅਤੇ ਇੱਧਰੋਂ ਐਂ ਦੇਖ ਲਓ ਮਨਜ਼ੂਰੀ 1 ਫੁੱਟ ਦੀ ਸੀ, ਇੱਧਰੋਂ ਵੀ 2 ਫੁੱਟ। ਗੱਲ ਆ ਕਿ ਅਸੀਂ ਜ਼ਮੀਨ ਠੇਕੇ 'ਤੇ ਦਿੱਤੀ ਸੀ ਕਿੱਲਾ, ਪਰ ਉਹਨਾਂ ਨੇ 2 ਕਿੱਲੇ ਵਾਹ ਲਿਆ, ਪਰ ਸਾਡੀ ਜੋ ਸਰਕਾਰ ਹੈ ਜੋ ਸਾਡਾ ਪ੍ਰਸ਼ਾਸਨ ਅਜੇ ਵੀ ਕੁੰਭ ਕਰਨ ਨੀਂਦ ਸੁੱਤਾ ਹੋਇਆ, ਤਾਂ ਅੱਗੇ ਖੰਭੇ ਹੋਰ ਵੀ ਲੱਗਿਆ ਹੋਇਆ, ਹੋਰ ਤੁਸੀਂ ਤਾਂ ਹੋਰ ਦਿਖਾ ਦਿੰਦੇ ਆ ਉਹ ਸਾਹਮਣੇ, ਤਾਂ ਤੁਸੀਂ ਇਹ ਖੰਭੇ ਦੇਖ ਸਕਦੇ ਹੋ ਇਸ ਦੇ ਵਿੱਚ ਉਹ ਕਿਹੜੇ ਅਫਸਰ ਆ ਜਿਹੜੀ ਕਿ ਆਪਣੀ ਮਿਲੀ ਭੁਗਤ ਨਾਲ ਇੰਨਾ ਵੱਡਾ ਘਪਲਾ ਹੋਇਆ। ਤਕਰੀਬਨ ਨਕੋਦਰ ਦੀ ਗੱਲ ਕਰੀਏ ਤਾਂ ਡਬਲ ਘਪਲਾ ਹੋ ਚੁੱਕਿਆ, ਡਬਲ ਤੋਂ ਵੀ ਥੋੜ੍ਹਾ ਉੱਤੇ ਹੋ ਚੁੱਕਿਆ, ਅਤੇ ਇਸ ਵਿੱਚ ਬਹੁਤ ਸਾਰੇ ਅਧਿਕਾਰੀ ਹੋਣਗੇ ਜਿਨ੍ਹਾਂ ਨੇ ਪੈਸੇ ਵੀ ਖਾਧੇ ਹੋਣਗੇ, ਬਹੁਤ ਸਾਰੇ ਅਧਿਕਾਰੀ ਹੋਣਗੇ ਜੋ ਕਰਪਸ਼ਨ ਵੀ ਕਰਦੇ ਹੋਣਗੇ, ਜਿਹੜੇ ਕਿ ਆਪਣੇ ਇਮਾਨਦਾਰੀ ਦਾ ਢੰਡੋਰਾ ਸਰਕਾਰ ਪਿੱਟਦੀ ਹੈ, ਪਰ ਬਹੁਤ ਸਾਰੇ ਕਰਮਚਾਰੀ ਹੋਣਗੇ ਜਿਹੜੇ ਕਿ ਇਸ ਘੇਰੇ ਦੇ ਵਿੱਚ ਆ ਸਕਦੇ ਆ। ਤਾਂ ਪਹਿਲੀ ਖਬਰ ਇਹ ਸੀ ਜਿਹੜੇ ਅੱਜ ਤੁਹਾਡੇ ਸਾਹਮਣੇ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਖੰਭੇ ਦਿਖਾਵਾਂਗੇ, ਇੱਧਰ ਦੇਖ ਸਕਦੇ ਹੋ ਅੱਗੇ ਹੋਰ ਵੀ ਖੰਭੇ ਆ। ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 400 ਤੋਂ ਲੈ ਕੇ 500 ਕਰੋੜ ਦਾ ਘਪਲਾ ਹੋਇਆ, ਅਤੇ ਇਕੱਲੇ ਨਕੋਦਰ ਦੇ ਵਿੱਚ ਵੀ ਇੱਕ ਵੱਡਾ ਘਪਲਾ ਸ਼ੁਰੂਆਤ ਨਕੋਦਰ ਤੋਂ ਹੋਈ ਸੀ। ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਕੀਮਤੀ ਕਮੈਂਟ ਕਰਕੇ ਜ਼ਰੂਰ ਦੱਸਿਓ। ਕੈਮਰਾਮੈਨ ਮਨਜੀਤ ਨਾ ਹਰਦੀਪ, ਪੈਨਧਾਰ ਨਿਊਜ਼, ਨਕੋਦਰ।